ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜਸਵਿੰਦਰ ਸਿੰਘ ਨਿਹਾਲ ਸਿੰਘ ਵਾਲਾ ਅਗਲੀ ਵੀਡੀਓ ਲੈ ਕੇ ਹਾਜ਼ਰ ਹਾਂ ਨੋਧਿਆ ਵਿਦਿਆਲਿਆ ਦੀ ਪ੍ਰੈਕਟਿਸ ਕਰਨ ਦੇ ਲਈ ਜਿਹੜਾ ਟੈਸਟ ਆਉਣਾਗਾ ਉਹਦੇ ਵਿੱਚ ਮੈਥ ਦੀ ਜਿਹੜੀ ਆਪਣੀ ਤਿਆਰੀ ਚੱਲ ਰਹੀ ਆ 8ਵੀਂ ਕਲਾਸ ਆ ਜਿਹੜੀ ਅੱਜ ਤੁਹਾਡੇ درمیان ਆ ਇਸ ਤੋਂ ਪਹਿਲਾਂ ਆਪਾਂ ਪਹਿਲੀ ਕਲਾਸ ਦੇ ਵਿੱਚ 7ਵੀਂ ਕਲਾਸ ਜਿਹੜੀ ਹੋਈ ਸੀ ਉਹਦੇ ਵਿੱਚ ਗੁਣਜ ਤੇ ਗੁਣਖੰਡ ਬਾਰੇ ਗੱਲਬਾਤ ਕੀਤੀ ਸੀ ਦਾ ਟੀਚਰਸ ਟੀਵੀ ਤੇ 8ਵੀਂ ਕਲਾਸ ਆ ਔਰ ਇਹ ਲਗਾਤਾਰ ਚੱਲ ਰਹੀਆਂ ਹੈਗੀਆਂ ਬੇਸਿਕ ਨੋਲਿਜ ਜਿਹੜੀ ਹੈਗੀ ਜਦੋਂ ਅਸੀਂ ਦੇਖਦੇ ਆ ਤਾਂ ਜ਼ਰੂਰੀ ਹੁੰਦੀ ਹੈ ਮੈਥ ਦੀ ਜੇ ਪਹਿਲਾਂ ਹੀ ਕੁਐਸਚਨ ਕਰਨ ਲੱਗ ਜਾਗੇ ਤਾਂ ਕਿਤੇ ਨਾ ਕਿਤੇ ਜਾ ਕੇ ਫਿਰ ਸਾਨੂੰ ਸਮੱਸਿਆ ਆਊਗੀ ਰੱਟੇ ਨਾਲ ਮੈਥ ਨਹੀਂ ਚੱਲਦਾ ਫਿਰ ਅਸੀਂ ਬੇਨਤੀ ਕਰਦੇ ਆ ਵੀ ਤਰਤੀਬ ਅਨੁਸਾਰ ਇਹ ਕਰੋ ਮੈਥ ਨੂੰ ਔਰ ਅਸੀਂ ਦਾਅਵੇ ਨਾ ਕਹਿੰਨੇ ਆ ਹੌਣ ਵਾਲੇ ਟਾਈਮ ਦੇ ਵਿੱਚ ਜੇ ਤੁਸੀਂ ਸੱਦਾ ਟੀਚਰਸ ਟੀਵੀ ਦੇ ਉੱਤੇ ਜਿਹੜੀ ਮੈਥ ਦੀ ਪ੍ਰੈਕਟਿਸ ਆ ਜਿਹੜੀ ਚੱਲ ਰਹੀ ਹੈ ਜਾਂ ਨਮੂਨਿਆ ਬਦਲੇ ਦੇ ਟੈਸਟ ਦੀ ਤਿਆਰੀ ਲਈ ਪ੍ਰੈਕਟਿਸ ਚੱਲ ਰਹੀ ਹੈ ਉਹ ਬੜੀ ਛੇਤੀ ਤੁਸੀਂ ਤੁਹਾਡਾ ਬੱਚਾ ਕਵਰ ਕਰੂਗਾ ਜਲਦੀ ਤੋਂ ਜਲਦੀ ਇਹ ਪ੍ਰੈਕਟਿਸ ਜਿਹੜੀ ਕਰਾਓ ਬੇਸ਼ੱਕ ਤੁਹਾਡਾ ਬੱਚਾ ਜਿਹੜਾ ਇੰਗਲਿਸ਼ ਮੀਡੀਅਮ ਚ ਪੜਦਾ ਜਾਂ ਪੰਜਾਬੀ ਮੀਡੀਅਮ ਚ ਪੜਦਾ ਉਹਨੂੰ ਇਹ ਸਮਝ ਆਊਗੀ ਮੈਥ ਕਰਨਾ ਜਿਹੜਾ ਹੈਗਾ ਬੇਸਿਕ ਨੋਲੇਜ ਅਸੀਂ ਦੇ ਰਹੇ ਆ ਇਹਦੇ ਨਾਲ ਇੱਕ ਟੈਸਟ ਨਮੂਨੇ ਦਾ ਤਾਂ ਕਲੀਅਰ ਕਰੂਗੀ ਕਰੂਗਾ ਬੱਚਾ ਸੋ ਫਿਰ ਬੇਨਤੀ ਆ ਜਿਨ੍ਹਾਂ ਨੇ ਹਾਲੇ ਤੱਕ ਸਾਡਾ ਜਿਹੜਾ ਹੈਗਾ YouTube ਚੈਨਲ ਦਾ ਟੀਚਰਸ ਟੀਵੀ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲਓ ਤੇ ਇਹਨਾਂ ਵੀਡੀਓ ਜਿਹੜੀਆਂ ਹੈਗੀਆਂ ਫ੍ਰੀ ਆਫ ਕੋਸਟ ਹੈ ਦੀ ਕੋਈ ਫੀਸ ਨਹੀਂ ਹੈਗੀ ਤੁਹਾਡੇ ਤੱਕ ਤੇ ਤਾਂ ਕਿ ਤੁਸੀਂ ਜਲਦੀ ਤੋਂ ਜਲਦੀ ਨੋਟੀਫਿਕੇਸ਼ਨ ਜਦੋਂ ਤੁਹਾਨੂੰ ਮਿਲੇ ਤੇ ਤੁਸੀਂ ਇਹਨਾਂ ਦਾ ਫਾਇਦਾ ਜਿਹੜਾ ਹੈਗਾ ਚੱਕ ਸਕੋ ਸੋ ਅੱਜ ਆਪਾਂ ਕਰਦੇ ਹਾਂ ਅੱਗੇ ਚੱਲਦੇ ਹੋਏ ਗੁਣਜ ਤੋਂ ਤੇ ਗੁਣਨਖੰਡ ਤੋਂ ਅੱਜ ਗੱਲ ਕਰਾਂਗੇ ਜਿਸਤ ਤੇ ਤਾਂਗ ਸੰਖਿਆਵਾਂ ਦੀ ਜਿਨ੍ਹਾਂ ਨੂੰ ਅੰਗਰੇਜ਼ੀ ਦੇ ਵਿੱਚ ਜਿਸਤ ਨੂੰ ਆਪਾਂ ਈਵਨ ਨੰਬਰ ਕਹਿੰਦੇ ਆ ਔਰ ਟਾਂਕ ਸੰਖਿਆਵਾਂ ਜਿਹੜੀਆਂ ਹੁੰਦੀਆਂ ਉਹਨਾਂ ਨੂੰ ਆਡ ਨੰਬਰਸ ਆਪਾਂ ਕਹਿੰਨੇ ਆ ਤਾਂ ਅੱਜ ਗੱਲ ਕਰਦੇ ਆ ਜਸਤ ਤੇ ਟਾਂਕ ਸੰਖਿਆਵਾਂ ਅੱਗੇ ਦੀ ਅੱਗੇ ਜਿਸ ਤਰ੍ਹਾਂ ਸਲੀਵਸ ਆਪਣਾ ਚੱਲੂਗਾ ਉਹ ਕਰ ਸਕਦੇ ਆ ਆਪਾਂ ਸਾਰੀਆਂ ਵੀਡੀਓਜ਼ ਦੇ ਲਿੰਕ ਬਣਾ ਕੇ ਅਸੀਂ ਬੜੀ ਜਲਦੀ ਤੁਹਾਨੂੰ ਭੇਜ ਰਹੇ ਆ ਤਾਂ ਕਿ ਜਦੋਂ ਵੀ ਕਿਸੇ ਬੱਚੇ ਨੇ ਉਹ ਦੇਖਣਾ ਚਾਹੁੰਦਾ ਉਹਦੇ ਨਾਲ ਸੰਬੰਧਤ ਮੈਥ ਨਾਲ ਸੰਬੰਧਤ ਉਹ ਵੀਡੀਓਜ਼ ਦੇਖ ਸਕਦਾ ਮੈਥ ਇੱਕ ਇਹ ਜਿਹਾ ਵਿਸ਼ਾ ਹੈਗਾ ਵੀ ਜਿਹਦੇ ਚੋ ਜ਼ੀਰੋ ਨੰਬਰ ਵੀ ਇੱਚ ਹੀ ਆਉਂਦਾ ਔਰ ਸਵਾਲ ਨੰਬਰ ਵੀ ਇਹਦੇ ਚ ਹੀ ਆਉਂਦਾ। ਉਹ ਇਹ ਹੁਣ ਸਾਡੇ ਦੇ ਉੱਤੇ ਵੀ ਅਸੀਂ 0 ਲੈਣਾ ਜਾਂ 100 ਲੈਣਾ ਹੈਗਾ। ਠੀਕ ਆ ਕਿਉਂਕਿ ਇਹਦੇ ਵਿੱਚ ਜਾਂ ਤਾਂ ਸਵਾਲ ਸਹੀ ਹੋਊਗਾ ਜਾਂ ਫਿਰ ਗਲਤ ਹੋਊਗਾ। ਵਿਚਕਾਰ ਲਈ ਗੁਜਾਇਸ਼ ਜਿਹੜੀ ਨਹੀਂ ਰਹਿ ਜਾਂਦੀ। ਸੋ ਟੈਸਟ ਦੇ ਵਿੱਚ ਤੁਹਾਨੂੰ ਮੁੱਦੇ ਦੇ ਵਿੱਚ ਹੁਣੇ ਆਪਸ਼ਨਲ ਆ ਜਿਹੜੇ ਹੈਗੇ 4-4 ਆਪਸ਼ਨ ਆਉਣੀਆਂ ਬੱਚੇ ਨੂੰ। ਇੱਕ ਆਪਸ਼ਨ ਆ ਜਿਹੜੀ ਹੈਗੀ ਉਹ ਦੇਣੀ ਹੈ। ਟਾਈਮ ਆ ਜਿਹੜਾ ਹੁੰਦਾ ਤੁਹਾਨੂੰ ਪਤਾ ਹੀ ਲਿਮਟਿਡ ਹੁੰਦਾ। ਸੋ ਜਲਦੀ ਨਾਲ ਕੈਲਕੂਲੇਸ਼ਨਾਂ ਕਰਨੀਆਂ। ਔਰ ਜਲਦੀ ਨਾਲ ਜਿਹੜੇ ਸਵਾਲ ਕਰਨੇ ਜਿੰਨੀ ਛੇਤੀ ਅਸੀਂ ਪ੍ਰੈਕਟਿਸ ਕਰਾਂਗੇ ਰੱਟੇ ਨਾਲ ਨਹੀਂ ਆਉਂਦਾ ਸਿੱਖਣ ਨਾਲ ਹੀ ਆਉਣਾਗਾ ਸੋ ਅੱਗੇ ਗੱਲ ਕਰਦੇ ਜੀ ਆਪਾਂ ਜਸਤ ਅਤੇ ਟਾਂਕ ਸੰਖਿਆਵਾਂ ਜਸਤ ਅਤੇ ਟਾਂਕ ਸੰਖਿਆਵਾਂ ਕਿਹੜੀਆਂ ਹੁੰਦੀਆਂ ਨੇ ਜਿਸਤ ਸੰਖਿਆਵਾਂ ਉਹ ਸੰਖਿਆਵਾਂ ਹੁੰਦੀਆਂ ਜਿਸਤ ਮਤਲਬ ਈਵਨ ਈਵਨ ਨੰਬਰਸ ਤੇ ਤਾੰਕ ਸੰਖਿਆਵਾਂ ਹੁੰਦੀਆਂ ਜਿਹੜੇ ਆਡ ਕਹਿੰਦੇ ਆ ਲੋਕ ਆਡ ਨੰਬਰਸ ਈਵਨ ਔਰ ਆਡ ਅੰਗਰੇਜ਼ੀ ਦੇ ਵਿੱਚ ਨੰਬਰਸ ਅੱਗੇ ਆਪਾਂ ਗੱਲ ਕਰਦੇ ਹਾਂ ਵੀ ਜਿਸਤ ਸੰਖਿਆਵਾਂ ਕਿਹੜੀਆਂ ਹੁੰਦੀਆਂ ਟਾਂਕ ਸੰਖਿਆਵਾਂ ਹੁੰਦੀਆਂ ਆਪਾਂ ਦੇਖਦੇ ਹਾਂ ਗਿਣਤੀ ਲਿਖਦੇ ਜਨ 1 2 3 4 5 6 7 8 9 10 ਜਾਂ ਇਹਦੇ ਵਿੱਚੋਂ ਜਿਹਦੇ ਜੋਟੇ ਬਣਦੇ ਆ ਜਿਵੇਂ ਆਪਾਂ ਬਚਪਨ ਦੇ ਵਿੱਚ ਕਲੀ ਜੋਟਾ ਖੇਡਦੇ ਹੁੰਦੇ ਸੀਗੇ ਕਲੀ ਜੋਟੇ ਦੇ ਵਿੱਚ ਜਿਹੜੇ ਜੋਟੇ ਵਾਲੀਆਂ ਹੁੰਦੀਆਂ ਜੱਜੇ ਨਾਲੀ ਜੋਟਾ ਔਰ ਜੱਜੇ ਨਾਲੀ ਜਿਸਤ ਈਵਨ ਨੰਬਰ ਕਿਹੜੇ ਹੁੰਦੇ ਜਿਸਤ ਸੰਖਿਆਵਾਂ માં ਕਿਹੜੀਆਂ ਹੁੰਦੀਆਂ ਜਿਹੜੀਆਂ ਕਲੀ ਜੋਟੇ ਦੇ ਵਿੱਚ ਜੋਟੇ ਵਾਲੀਆਂ ਹੁੰਦੀਆਂ ਉਹਨਾਂ ਨੂੰ ਆਪਾਂ ਜਿਸਤ ਸੰਖਿਆਵਾਂ માં ਕਹਿੰਦੇ ਆ ਜਿਵੇਂ 2 ਦਾ ਜੋਟਾ ਬਣਦਾ 4 ਦੇ ਵਿੱਚ 2 ਜੋਟੇ ਬਣਦੇ ਆ 6 ਦੇ ਵਿੱਚ 3 ਜੋਟੇ ਬਣਦੇ ਆ 8 ਦੇ ਵਿੱਚ ਫਿਰ ਅੱਗੇ 10 ਇਹ ਚ 5 ਜੋਟੇ ਬਣ ਜਾਂਦੇ ਆ ਇਹ ਸਾਰੀਆਂ ਸੰਖਿਆਵਾਂ ਜਿਹੜੀਆਂ ਹੁੰਦੀਆਂ ਇਹ ਜਿਸਤ ਹੁੰਦੀਆਂ ਜਿਸਤ ਸੰਖਿਆਵਾਂ ਠੀਕ ਹੈ ਜੀ ਔਰ ਕਲੀ ਜੋਟੇ ਦੇ ਵਿੱਚ ਜਿਨ੍ਹਾਂ ਚ ਅਸੀਂ ਖੇੜਦੇ ਸੀਗੇ ਕਲੀ ਵੀ ਕਲੀ ਇਹ ਜਿਹੜੀ ਹੈਗੀ ਹੈ ਇੱਕ ਦੀ ਬਣਦੀ ਹੁੰਦੀ ਹੈ ਜਿੱਤੇ ਝੋਟੇ ਨਹੀਂ ਬਣਦੇ ਉਹ ਟਾਂਕ ਸੰਖਿਆਵਾਂ ਹੁੰਦੀਆਂ ਆਡ ਨੰਬਰਸ ਆਪਾਂ ਕਹਿੰਨੇ ਆ ਇਹਦੇ ਝੋਟੇ ਨਹੀਂ ਬਣਦੇ ਇੱਕ ਸਿੰਗਲ ਆ ਤਿੰਨ ਦੇ ਵਿੱਚ ਵੀ ਇੱਕ ਝੋਟਾ ਬਣੂਗਾ ਫਿਰ ਵੀ ਇੱਕ ਖਾਲੀ ਰਹਿ ਜਾਊਗਾ ਇਸ ਕਰਕੇ ਜਿਹੜੇ ਸਰਕਲ ਵਾਲੀਆਂ ਹੈਗੀਆਂ ਇਹ ਸਾਰੇ ਆਡ ਨੰਬਰਸ ਹੋਣਗੇ ਆਡ ਨੰਬਰਸ ਦੇ ਵਿੱਚ ਜਿੱਥੇ ਜਿਹੜੇ ਸੰਖਿਆ ਦੇ ਪਿੱਛੇ ਵੀ ਲੱਗੇ ਹੋਣਗੇ ਜੇ ਤਾਂ ਦੋ ਪਿੱਛੇ ਲੱਗੇ ਆ ਇਹਦਾ ਮਤਲਬ ਉਹ ਸੰਖਿਆ ਜਸਤ ਆ ਜੇ 4 6 8 ਜਾਂ 0 ਲੱਗੀ ਹੈ ਜਿਹੜੀ ਸੰਖਿਆ ਦੇ ਪਿਛਲੇ ਪਾਸੇ ਉਹ ਸੰਖਿਆਵਾਂ ਅਜਸਟ ਹੋਣਗੀਆਂ ਔਰ ਜਿੰਨਾ ਸੰਖਿਆਵਾਂ ਦੇ ਪਿਛਲੇ ਪਾਸੇ 1 3 5 7 9 ਲੱਗਿਆ ਹੋ ਉਹ ਸੰਖਿਆਵਾਂ ਕਿਹੜੀਆਂ ਹੋਣਗੀਆਂ? 짝 ਸੰਖਿਆਵਾਂ 짝 ਸੰਖਿਆਵਾਂ ਇਹਨਾਂ ਤੋਂ ਇਹਨਾਂ ਦੀ ਪਹਿਚਾਣ ਆ ਜਿਹੜੀ ਹੈਗੀ ਉਹ ਕੀਤੀ ਜਾ ਸਕਦੀ ਹੈ ਜਿਹੜੇ ਤਾਂ ਜਦੋਂ ਅਸੀਂ ਛੋਟੇ ਹੁੰਦੇ ਸੀ ਉਦੋਂ ਕਾਫੀ ਸਾਰੇ ਅੰਗੇਮਾ ਵੰਟਿਆਂ ਦੇ ਨਾਲ ਜਾਂ ਕੋਈ ਹੋਰ ਕਿਸੇ ਤਰੀਕੇ ਦੇ ਨਾਲ ਅਸੀਂ ਖੇਡਦੇ ਹੁੰਦੇ ਸੀ ਤਾਂ ਉਸ ਸਮੇਂ ਇਹ ਜਸਤ ਟਾਂਕ ਦਾ ਕਨਸੈਪਟ ਤਾਂ ਉੱਥੇ ਕਲੀਅਰ ਹੋ ਜਾਂਦਾ ਜਦੋਂ ਕਲੀ ਜੋਟਾ ਖੇਡਦੇ ਹੁੰਦੇ ਸੀ ਸੋ ਇਹਦੇ ਵਿੱਚ ਜਿਹੜੀਆਂ ਕਲੀ ਵਾਲੀਆਂ ਫਿਰ ਮੈਂ ਕਿੱਦਾਂ ਐਵੇਂ ਹੀ ਦੱਸ ਦਿਆਂ ਟਾਂਕ ਸੰਖਿਆਵਾਂ ਤੇ ਜਿਹੜੀਆਂ ਜੋਟੇ ਵਾਲੀਆਂ ਹੁੰਦੀਆਂ ਉਹਨਾਂ ਨੂੰ ਜਸਤ ਸੰਖਿਆਵਾਂ ਆਪਾਂ ਕਹਿੰਦੇ ਆ ਤਾਂ ਇਹ ਥੋ ਕਲੀਅਰ ਹੋ ਜਾਂਦਾ ਆਪਣਾ ਕਿ ਜਸਤ ਤੇ ਟਾਂਕ ਸੰਖਿਆਵਾਂ માં ਕਿਹੜੀਆਂ ਹੁੰਦੀਆਂ ਦੂਸਰੇ ਤਰੀਕੇ ਨਾਲ ਅਸੀਂ ਤੁਹਾਨੂੰ ਮੈਂ ਦੱਸ ਹੀ ਦਿੱਤਾ ਕਿ ਜਿਨ੍ਹਾਂ ਦੇ ਪਿੱਛੇ 2 4 6 8 ਜਾਂ ਪਿਛਲੇ ਪਾਸੇ 0 ਆ ਜੇ ਸੰਖਿਆ ਦੇ ਉਹ ਸਾਰੀਆਂ ਸੰਖਿਆਵਾਂ માં ਜਿਹੜੀਆਂ ਹੁੰਦੀਆਂ ਕਿਹੜੀਆਂ ਹੁੰਦੀਆਂ ਨੇ ਉਹ ਉਹ ਜੇਸਤ ਸੰਖਿਆਵਾਂ માં ਹੁੰਦੀਆਂ ਤੇ ਜਿਨ੍ਹਾਂ ਦੇ ਪਿਛਲੇ ਪਾਸੇ ਜਿਨ੍ਹਾਂ ਦੇ ਪਿਛਲੇ ਪਾਸੇ ਆ ਜਾਵੇ 1 3 5 ਕਲੀ ਵਾਲੀਆਂ ਸੰਖਿਆਵਾਂ ਆ ਜਾਣ ਉਹ ਟਾਂਕ ਸੰਖਿਆਵਾਂ માં ਹੁੰਦੀਆਂ ਇਸ ਕਰਕੇ ਭੁੱਲਣਾ ਨਹੀਂ ਇਹਦੇ ਸਬੰਧਤ ਦੇ ਵਿੱਚ ਜਿਹੜੀ ਗੱਲਾਂ ਧਿਆਨ ਰੱਖਣ ਵਾਲੀਆਂ ਦੋ ਜਿਸਤ ਸੰਖਿਆਵਾਂ ਦਾ ਜੋੜ ਹਮੇਸ਼ਾ ਜਿਸਤ ਸੰਖਿਆ ਹੀ ਹੁੰਦੀ ਹੈ ਪਹਿਲਾ ਇਹਦਾ ਕਨਸੈਪਟ ਆ ਦੋ ਜਿਸਤ ਸੰਖਿਆਵਾਂ ਜਿਸਤ ਸੰਖਿਆਵਾਂ ਦਾ ਜੋੜ ਹਮੇਸ਼ਾ ਜਿਸਤ ਸੰਖਿਆ ਹੀ ਹੁੰਦੀ ਹੈ ਜਿਵੇਂ ਕਿ ਆਪਾਂ ਇਹਨਾਂ ਚੋਂ ਕੋਈ ਜਿਸਤ ਸੰਖਿਆ ਮੰਨ 2 ਤੇ 4 ਲੈ ਲੈਂਦੇ ਆ 2 4 ਇਹਨਾਂ ਦਾ ਜੋੜ ਫਲ ਵੀ ਕਿੰਨਾ ਆਊਗਾ ਜਿਸਤ ਸੰਖਿਆ ਹੋਊਗੀ 4 ਔਰ 2 6 ਤੇ 6 ਆਪਣੇ ਕੋਲ ਹੀ ਜਿਸਤ ਸੰਖਿਆ ਹੀ ਹੈ ਸੋ ਇਸ ਕਰਕੇ ਜਿਸਤ ਸੰਖਿਆ ਆ ਗਈ ਦੂਜਾ ਇਹਦੇ ਚ ਹੈਗਾ ਜਿਹਦੇ ਚ ਆਪਾਂ ਕਹਿੰਦੇ ਆ ਦੋ ਟਾਂਕ ਸੰਖਿਆਵਾਂ ਦਾ ਜੋੜ ਵੀ ਹਮੇਸ਼ਾ ਜੇ ਦੋ ਜਿਸਤ ਸੰਖਿਆਵਾਂ ਲੈ ਲਓ ਚਾਹੇ ਦੋ ਟਾਂਕ ਸੰਖਿਆਵਾਂ ਦੋ ਤਾਂਕ ਸੰਖਿਆਵਾਂ ਦਾ ਜੋੜ ਹਮੇਸ਼ਾ ਜਿਸਤ ਸੰਖਿਆ ਹੀ ਆਵੇਗੀ ਜਿਸਤ ਸੰਖਿਆ ਹੀ ਆਵੇਗੀ ਜਿਵੇਂ ਇਹਨਾਂ ਚੋਂ ਲੈ ਲੈਨੇ ਆਪਾਂ 7 ਔਰ 9 7 9 9 ਤੇ 7 ਹੁੰਦੇ ਆ 16 ਸੋ 16 ਜਿਹੜੀ ਹੈਗੀ ਹੈ ਇਹ ਜਿਸਤ ਸੰਖਿਆ ਹੀ ਆਪਣੇ ਕੋਲੇ ਕਿਉਂਕਿ ਪਿੱਛੇ 6 ਆ ਗਿਆ ਇਸ ਕਰਕੇ ਤੇ ਅੱਗੇ ਹੈ ਜੀ ਆਪਣੇ ਕੋਲੇ ਇੱਕ ਜਿਸਤ ਤੇ ਇੱਕ ਟਾਂਕ ਸੰਖਿਆ ਦਾ ਜੇ ਇੱਕ ਜਿਸਤ ਹੋਵੇ ਇੱਕ ਜਸਤ ਸੰਖਿਆ ਅਤੇ ਇੱਕ ਤਾਕ ਸੰਖਿਆ ਸੰਖਿਆ ਦਾ ਜੋੜ ਹਮੇਸ਼ਾ ਤਾਕ ਸੰਖਿਆ ਹੋਵੇਗਾ ਜਿਵੇਂ ਕਿ ਆਪਣੇ ਕੋਲੇ ਜਿਸਤ ਸੰਖਿਆ ਲੈ ਲਈ 4 ਤਾਂਕ ਸੰਖਿਆ ਲੈ ਲਈ ਆਪਾਂ 3 ਆਨਸਰ ਕਿੰਨਾ ਆ ਗਿਆ 7 7 ਕੀ ਹੁੰਦੀ ਹੈ ਫਿਰ ਤਾਂਕ ਇਹਦਾ ਮਤਲਬ ਇਹ ਤਿੰਨੇ ਕਨਸੈਪਟ ਇਹਦੇ ਸੰਬੰਧ ਦੇ ਵਿੱਚ ਆ ਵੀ ਦੋ ਜਿਸਤ ਸੰਖਿਆਵਾਂ ਨੂੰ ਜੇਕਰ ਅਸੀਂ ਜੋੜਾਂਗੇ ਤਾਂ ਆਨਸਰ ਕਿੰਨਾ ਆਊਗਾ ਜਿਸਤ ਸੰਖਿਆ ਹੀ ਆਊਗੀ ਦੋ ਤਾਂਕ ਸੰਖਿਆਵਾਂ ਨੂੰ ਜੋੜਾਂਗੇ ਤਾਂ ਵੀ ਜਿਸਤ ਸੰਖਿਆ ਹੀ ਆਨਸਰ ਆਊਗਾ ਤੇ ਜੇਕਰ ਇੱਕ ਤਾਂਕ ਤੇ ਇੱਕ ਜਿਸਤ ਸੰਖਿਆ ਨੂੰ ਜੋੜਾਂਗੇ ਉਹ ਉੱਤਰ ਹਮੇਸ਼ਾ ਟਾਂਕ ਸੰਖਿਆ ਦੇ ਵਿੱਚ ਹੀ ਆਊਗਾ ਠੀਕ ਹੈ ਜੀ ਸੋ ਇਹ ਤੋਂ ਆਪਾਂ ਨੂੰ ਇਹ ਜਿਸਤ ਤੇ ਟਾਂਕ ਸੰਖਿਆਵਾਂ ਦਾ ਮੈਨੂੰ ਲੱਗਦਾ ਤੁਹਾਨੂੰ ਕਨਸੈਪਟ ਆ ਜਿਹੜਾ ਉਹ ਕਲੀਅਰ ਹੋ ਗਿਆ ਹੋਊਗਾ ਜਿਸਤ ਸੰਖਿਆ ਹਮੇਸ਼ਾ ਦੋ ਨਾਲ ਵੰਡੀ ਜਾਂਦੀ ਹੈ ਤੇ ਦੋ ਹਮੇਸ਼ਾ ਜਿਸਤ ਸੰਖਿਆ ਦਾ ਗੁਣਨਖੰਡ ਹੁੰਦਾ ਹੈ ਜਿਹੜੀ ਵੀ ਜਿਸਤ ਸੰਖਿਆ ਜਿਹੜੀ ਹੈਗੀਆਂ ਸਾਰੀਆਂ ਉਹ ਹਮੇਸ਼ਾ ਜਿਸਤ ਸੰਖਿਆ ਦੋ ਦੇ ਉੱਤੇ ਤਾਂ ਵੰਡੀ ਹੀ ਜਾਂਦੀ ਹੈ ਇਹ ਚੀਜ਼ ਵੀ ਨੋਟ ਕਰਨ ਵਾਲੀ ਆ ਵੀ ਜਿੰਨਾ ਸੰਖਿਆਵਾਂ ਦੇ ਵਿੱਚ ਜਿਹੜੀਆਂ ਜਿਸਤ ਸੰਖਿਆ ਹੁੰਦੀਆਂ ਉਹ 2 ਦੇ ਉੱਤੇ ਵੰਡੀਆਂ ਹੀ ਜਾਂਦੀਆਂ ਤੇ 2 ਆ ਜਿਹੜਾ ਹੈਗਾ ਜਿਸਤ ਸੰਖਿਆਵਾਂ ਦਾ ਗੁਣਖੰਡ ਹੁੰਦਾ ਸਾਰੀਆਂ ਜਿਸਤ ਸੰਖਿਆਵਾਂ ਜਿਹੜੀਆਂ ਹੁੰਦੀਆਂ ਉਹਨਾਂ ਦਾ ਗੁਣਖੰਡ ਕੀ ਹੁੰਦਾ 2 ਆ ਜਿਹੜਾ ਉਹਨਾਂ ਸਾਰੀਆਂ ਦਾ ਗੁਣਖੰਡ ਹੁੰਦਾ ਹੈ 2 ਦੇ ਉੱਤੇ ਸਾਰੀਆਂ ਜਿਸਤ ਸੰਖਿਆਵਾਂ ਵੰਡੀਆਂ ਜਾਂਦੀਆਂ ਤੇ 2 ਹੀ ਸਾਰੀਆਂ ਜਿਸਤ ਸੰਖਿਆਵਾਂ ਦਾ ਗੁਣਖੰਡ ਹੁੰਦਾ ਇਹ ਗੱਲ ਆਪਾਂ ਇਹਦੇ ਸੰਬੰਧ ਦੇ ਵਿੱਚ ਤਿੰਨ ਚਾਰ ਚੀਜ਼ਾਂ ਜਿਹੜੀਆਂ ਹੈਗੀਆਂ ਨੋਟ ਕਰ ਲਓ ਇਦੇ ਨਾਲ ਸੰਬੰਧਤ ਕੋਈ ਵੀ ਸਵਾਲ ਆ ਜਿਹੜਾ ਹੈਗਾ ਤੁਹਾਨੂੰ ਆ ਸਕਦਾ ਜਿਸ ਤਸੰਖਿਆ ਲਿਖਣੀ ਹੋਣੀ ਤਾਂ ਆਪਾਂ ਪਛਾਣ ਕਰ ਸਕਦੇ ਹਾਂ ਵੀ ਜਿਹਦੇ ਪਿੱਛੇ 2 4 6 8 ਲੱਗਦਾ ਹੋਵੇ ਜਾਂ ਸੰਖਿਆ ਦੇ ਇਕਾਈ ਵਾਲੇ ਅੰਕ ਤੇ 0 ਆਉਂਦੀ ਹੋਵੇ ਇਕਾਈ ਵਾਲੇ ਅੰਕ ਕੀ ਦੇਖਣਾ ਜੇ ਤਾਂ ਆਉਂਦਾ 1 3 5 7 ਇਕਾਈ ਵਾਲੇ ਅੰਕ ਤੇ ਫਿਰ ਤਾਂ ਹੈਗੀ ਟਾਂਕ ਸੰਖਿਆ ਜੇ ਇਕਾਈ ਵਾਲੇ ਅੰਕ ਦੇ ਉੱਤੇ 2 4 6 ਜਾਂ 8 ਆਉਂਦਾ ਫੇਰ ਹੈਗੀ ਉਹ ਜਿਸਤ ਸੰਖਿਆ ਜਿਹੜਾ 0 ਆਉਂਦੀ ਹੈ ਕਾਈ ਵਾਲੇ ਅੰਕ ਦੇ ਸੋ ਇਹ ਸੀ ਜਿਸਤ ਤੇ ਟਾਂਕ ਸੰਖਿਆਵਾਂ ਦੀ ਗੱਲ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਇੱਕ ਹੋਰ ਜਿਹੜਾ ਹੈਗਾ ਚੌਥਾ ਇਹਦੇ ਨਾਲ ਆਪਸ਼ਨ ਜਿਹੜੀ ਜੁੜੀ ਹੋਈ ਆ ਉਹ ਇਹ ਆ ਵੀ ਜਿਸਤ ਸੰਖਿਆ ਜਿਸਤ ਸੰਖਿਆ ਹਮੇਸ਼ਾ 2 ਤੇ ਵੰਡੀ ਜਾਂਦੀ ਹੈ ਅਤੇ ਦੋ ਹਰੇਕ ਜਸਤ ਸੰਖਿਆ ਦਾ ਗੁਣਨਖੰਡ ਹੁੰਦਾ ਹੈ ਦੋ ਜਿਹੜਾ ਹੁੰਦਾ ਹਰੇਕ ਜਿਸਤ ਸੰਖਿਆ ਦਾ ਗੁਣਖੰਡ ਹੁੰਦਾ ਹੈ। ਸੋ ਇਸ ਤਰੀਕੇ ਦੇ ਨਾਲ ਅਸੀਂ ਜਿਹੜੇ ਹੈਗੇ ਜਿਸਤ ਤੇ ਟਾਂਕ ਸੰਖਿਆਵਾਂ ਬਾਰੇ ਜਿਹੜਾ ਹੈਗਾ ਸਾਰਾ ਕਲੀਅਰ ਕਰ ਸਕਦੇ ਹਾਂ। ਠੀਕ ਹੈ ਜੀ। ਇਹ ਸੀ ਆਪਣੇ ਕੋਲੇ ਜਿਸਤ ਤੇ ਟਾਂਕ ਸੰਖਿਆਵਾਂ ਦੇ ਸੰਬੰਧ ਦੇ ਵਿੱਚ ਜਿਹੜੀ ਆਪਾਂ ਗੱਲ ਕੀਤੀ ਹੈ। ਕੋਈ ਵੀ ਜਿਸਤ ਸੰਖਿਆਵਾਂ ਤਾਂ ਗੁਣਖੰਡ ਵੀ ਆਪਾਂ ਕਰ ਚੁੱਕੇ ਆਂ। ਟਾਂਕ ਤੇ ਜਿਸਤ ਸੰਖਿਆਵਾਂ ਵੀ ਹੋ ਗੀਆਂ ਆਪਣੇ ਕੋਲੇ। ਅੱਗੇ ਕਰਦੇ ਆ ਜੀ ਆਪਾਂ। ਅਪਾਜ ਅਤੇ ਪਾਜ ਇਹ ਸੀਗੇ ਜਿਸ ਤਰ੍ਹਾਂ ਦੇ ਟਾਂਕ ਸੰਖਿਆਵਾਂ ਅੱਗੇ ਕਰਦੇ ਆਪਾਂ ਪਾਜ ਤੇ ਅਪਾਜ ਸੰਖਿਆਵਾਂ ਮੈਥ ਜਿਹੜਾ ਹੈਗਾ ਲਗਾਤਾਰ ਸੀਕੁਐਂਸ ਦੇ ਵਿੱਚ ਚੱਲੇਗਾ ਤਾਂ ਸਾਰੀ ਗੱਲ ਸਮਝ ਆ ਜਾਊਗੀ ਉਸ ਤੋਂ ਪਹਿਲਾਂ ਪਾਜ ਦੇ ਅਪਾਜ ਸੰਖਿਆਵਾਂ ਤੋਂ ਪਹਿਲਾਂ ਮੈਂ ਤੁਹਾਨੂੰ ਕਹਿਣਾ ਚਾਹੂੰਗਾ ਸਾਰਿਆਂ ਬੱਚਿਆਂ ਨੂੰ ਜਾ ਜਿਹੜੇ ਵੀ ਸਾਡੇ ਦਰਸ਼ਕ ਇਸ ਵੀਡੀਓ ਨੂੰ ਸਾਡੀਆਂ ਨੂੰ ਦੇਖਦੇ ਆ ਪਸੰਦ ਕਰਦੇ ਆ ਜਿਹੜੇ ਮੈਥ ਦੇ ਵਿੱਚ ਇੰਟਰਸਟ ਰੱਖਦੇ ਆ ਜਾਂ ਬੱਚਿਆਂ ਦਾ ਇੰਟਰਸਟ ਹੈ ਜਿਹੜਾ ਬਣਾਉਣਾ ਚਾਹੁੰਦੇ ਆ ਤਾਂ ਉਹ ਜਰੂਰ ਇਸ ਗੱਲ ਦਾ ਧਿਆਨ ਰੱਖਿਆ ਕਰਨ ਵੀ ਪੁਰਾਣੀਆਂ ਵੀਡੀਓਜ਼ ਵੀ ਜਿਹੜੀ ਹੈਗੀਆਂ ਸਾਡੇ ਇਸ ਚੈਨਲ ਦੇ ਉੱਤੇ ਪਈਆਂ ਉਹ ਦੇਖਿਆ ਕਰਨ ਜਰੂਰ ਆਪਾਂ ਅਜ ਅਤੇ ਭਾਜ ਸੰਖਿਆਵਾਂ ਅਭਾਜ ਅਤੇ ਭਾਜ ਸੰਖਿਆਵਾਂ ਆਪਾਂ ਭਾਜ ਤੇ ਭਾਜ ਸੰਖਿਆਵਾਂ ਤੇ ਇਹਨਾਂ ਨੂੰ ਆਪਾਂ ਅਭਾਜ ਸੰਖਿਆਵਾਂ ਹੁੰਦੀਆਂ ਜਿਹੜੀਆਂ ਇਹਨਾਂ ਨੂੰ ਅੰਗਰੇਜ਼ੀ ਚ ਕਹਿੰਦੇ ਆਪਾਂ ਪ੍ਰਾਈਮ ਨੰਬਰ ਪੀ ਆਰ ਆਈ ਐਮ ای ਪ੍ਰਾਈਮ ਨੰਬਰ ਔਰ ਜਿਹੜੀਆਂ ਭਾਜ ਹੁੰਦੀਆਂ ਇਹਨਾਂ ਨੂੰ ਕਹਿੰਦੇ ਆਪਾਂ ਕੰਪੋਜ਼ਿਟ U M P C O M P O S I T E ਕੰਪੋਜ਼ਿਟ ਨੰਬਰ ਜਿਹੜੀਆਂ ਅਪਹਾਜ ਹੁੰਦੀਆਂ ਉਹਨਾਂ ਨੂੰ ਪ੍ਰਾਈਮ ਨੰਬਰ ਆ ਹੁੰਦੇ ਆ ਕੰਪੋਜ਼ਿਟ ਨੰਬਰ ਭਾਜ ਸੰਖਿਆਵਾਂ ਹੁਣ ਪੰਜਾਬੀ ਦੇ ਵਿੱਚ ਸਮਝ ਹੋਵੇ ਆਪਾਂ ਇਸ ਤੋਂ ਪਹਿਲਾਂ ਗੁਣਖੰਡ ਤੇ ਗੁਣਜ ਕੀਤੇ ਆ ਸੋ ਜਿਹੜੀਆਂ ਸੰਖਿਆਵਾਂ ਉਹ ਸੰਖਿਆਵਾਂ ਭਾਜ ਸੰਖਿਆਵਾਂ ਹੁੰਦੀਆਂ ਆ ਭਾਜ ਆੜੇ ਨਾਲ ਜਿਹੜੀਆਂ ਹੁੰਦੀਆਂ ਆ ਭਾਜ ਪ੍ਰਾਈਮ ਨੰਬਰ ਉਹ ਨੰਬਰ ਹੁੰਦੇ ਆ ਤਾਂ ਪਹਿਲਾਂ ਆਪਾਂ ਕਰਾਂਗੇ ਅਭਾਜ ਸੰਖਿਆਵਾਂ ਕਿਡੀਆਂ ਕਰਾਂਗੇ ਆਪਾਂ ਅਭਾਜ ਸੰਖਿਆਵਾਂ ਆਪਾਂ ਅਭਾਜ ਸੰਖਿਆਵਾਂ ਆਪਾਂ ਅੱਜ ਉਹ ਸੰਖਿਆਵਾਂ ਜਿਨ੍ਹਾਂ ਦੇ ਸਿਰਫ ਦੋ ਹੀ ਗੁਣਖੰਡ ਖੰਡ ਬਣਦੇ ਆ ਪਹਿਲਾਂ ਆਪਾਂ ਗੁਣਖੰਡ ਖੰਡ ਬਣਾਉਣੇ ਸਿੱਖੇ ਸੀਗੇ ਦੋ ਗੁਣਖੰਡ ਖੰਡ ਜਿਵੇਂ ਹੈਗੀ ਆਪਣੇ ਕੋਲੇ ਸੰਖਿਆ ਹੈਗੀ ਆ 2 ਠੀਕ ਆ 2 1 ਵਿੱਚ ਹੀ 2 ਹੁੰਦੇ ਆ ਆਪਣੇ ਕੋਲੇ ਸੰਖਿਆ ਹੈਗੀ 3 ਆਪਣੇ ਕੋਲੇ ਸੰਖਿਆ ਕਿੰਨੀ ਆ 3 3 ਜਿਹੜੀ ਹੈਗੀ 3 1 ਵਿੱਚ ਹੀ 3 ਹੁੰਦੇ ਆ ਤਾਂ ਮਤਲਬ ਇਹਦੇ ਦੋ ਹੀ ਗੁਣਖੰਡ ਖੰਡ ਬਣਦੇ ਆ ਇੱਕ ਤਾਂ ਹੋ ਗਿਆ 1 1 ਹੋ ਗਿਆ 2 ਇਹਦਾ ਹੋ ਗਿਆ 1 ਹੋ ਗਿਆ 1 ਤੇ ਦੂਜਾ ਹੋ ਗਿਆ 3 ਆਪਣੇ ਕੋਲੇ ਆ ਗਈ ਜੀ ਤੀਜੀ ਜਿਵੇਂ 5 5 ਇਕਮ ਹੀ 5 ਹੁੰਦੇ ਆ ਇਸ ਕਰਕੇ 5 ਆ ਜਿਹੜੀ ਹੈਗੀ ਆ 1 ਹੋ ਗਿਆ ਇਹਦਾ 5 ਸਿਰਫ ਦੋ ਹੀ ਗੁਣਖੰਡ ਬਣਨ ਉਹ ਸੰਖਿਆ ਅਪਹਾਜ ਸੰਖਿਆ ਹੁੰਦੀ ਹੈ ਆਪਾਂ ਇਹਦੀ ਡੈਫੀਨੇਸ਼ਨ ਲਿਖਾਂਗੇ ਤਾਂ ਕੀ ਲਿਖਾਂਗੇ ਜਿਸ ਸੰਖਿਆ ਦੇ संख्या दे सिर्फ दो ही गुणन खंड बनन वो संख्या संख्या अपाज ਅਭਾਜ ਸੰਖਿਆ ਹੁੰਦੀ ਹੈ ਤੇ ਉਹ ਸੰਖਿਆ ਕਿਹੜੀ ਸੰਖਿਆ ਹੁੰਦੀ ਹੈ ਅਭਾਜ ਹੁੰਦੀ ਹੈ ਜਿਵੇਂ ਆਪਣੇ ਕੋਲ 11 ਆ ਗਿਆ 11 ਦੇ ਵੀ 11 ਇੱਕਮ ਹੀ 11 ਹੁੰਦਾ 13 ਆ ਗਿਆ 13 ਇੱਕਮ ਹੀ 13 ਹੁੰਦਾ ਇਸ ਤਰ੍ਹਾਂ ਜਸਤ ਸੰਖਿਆਵਾਂ ਸੌਰੀ ਜਸ ਸੌਰੀ ਜਸਤ ਨਹੀਂ ਸੀ ਜਸ ਸੰਖਿਆ ਜਿਸ ਸੰਖਿਆ ਦੇ ਸਿਰਫ ਦੋ ਹੀ ਗੁਣਨਖੰਡ ਬਣਨ ਉਹ ਸੰਖਿਆ ਅਪਹਾਜ ਸੰਖਿਆ ਹੁੰਦੀ ਹੈ ਸਿਰਫ ਦੋ ਹੀ ਬਣਦੇ 1 ਤੇ 2 ਇਸੇ ਤਰ੍ਹਾਂ ਤੁਸੀਂ ਇਹ 100 ਤੱਕ ਲਿਖ ਸਕਦੇ ਆ ਉਸ ਤੋਂ ਅੱਗੇ ਵੀ ਅਪਹਾਜ ਸੰਖਿਆਵਾਂ ਲਿਖ ਕੇ ਤੁਸੀਂ ਜਿਹਦੇ ਸਿਰਫ ਦੋ ਹੀ ਉਹ ਕਿਸੇ ਵੀ ਸੰਖਿਆ ਦੇ ਉੱਤੇ ਹੋਰ ਤੇ ਵੰਡਿਆ ਨਾ ਜਾਵੇ ਉਹ ਸੰਖਿਆ ਨੂੰ ਅਸੀਂ ਕਿਹੜੀ ਸੰਖਿਆ ਕਹਿੰਦੇ ਆ ਅਪਹਾਜ ਸੰਖਿਆ ਕਹਿੰਦੇ ਆ ਅਪਹਾਜ ਸੰਖਿਆ ਦੇ ਸਿਰਫ ਦੋ ਹੀ ਗੁਣਨਖੰਡ ਬਣਦੇ ਆ ਅਪਹਾਜ ਸੰਖਿਆ ਦੇ ਸਬੰਧ ਦੇ ਵਿੱਚ ਜੇਕਰ ਅਸੀਂ ਆਪਾਂ ਅੱਗੇ ਹੋਰ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਜਿਹੜੀਆਂ ਚੀਜ਼ ਜਿਹਦੇ ਨਾਲ ਸੰਬੰਧਤ ਇਹਦੇ ਚੋਂ ਕੁਐਸਚਨ ਆ ਜਿਹੜੇ ਆ ਸਕਦੇ ਆ ਸਿਰਫ ਤੇ ਸਿਰਫ ਦੋ ਦੋ ਹੀ ਇੱਕ ਜਿਸਤ ਸੰਖਿਆ ਗਈ ਜਿਹੜੀ ਅਭਾਜ ਆ ਬਾਕੀ ਸਾਰੀਆਂ ਜਿਸਤ ਸੰਖਿਆਵਾਂ ਜਿਹੜੀਆਂ ਹੁੰਦੀਆਂ ਅਭਾਜ ਨਹੀਂ ਹੁੰਦੀਆਂ ਉਹ ਭਾਜ ਹੁੰਦੀਆਂ ਨੇ ਠੀਕ ਆ ਸਿਰਫ ਤੇ ਸਿਰਫ ਦੋ ਹੀ ਸਿਰਫ दो संख्या है जो के अपाज है वो थोड़ू क्वेश्चन पूछ सकते हैं ਵੀ ਉਹ ਕਿਹੜੀ ਜਿਸਤ ਸੰਖਿਆ ਜਿਹੜੀ ਜਿਸਤ ਵੀ ਆ ਔਰ ਅਪਾਜ ਵੀ ਆ ਤਾਂ ਉਹਦਾ ਆਨਸਰ ਕਿੰਨਾ ਆਊਗਾ 2 ਆਊਗਾ 2 ਇੱਕ ਇਹ ਜੀ ਸੰਖਿਆ ਹੈਗੀ ਜਿਹੜੀ ਜਿਸਤ ਵੀ ਆ ਔਰ ਆਪਾਜ ਵੀ ਆ ਠੀਕ ਹੈ ਜੀ ਇਸ ਤਰ੍ਹਾਂ ਦਾ ਜਾਂ ਉਹ ਪੁੱਛੂਗਾ ਦੂਜੇ ਨੰਬਰ ਤੇ ਕੁਐਸਚਨ ਆਪਣੇ ਕੋਲੇ ਆਉਂਦਾ ਵੀ ਸਭ ਤੋਂ ਛੋਟੀ ਸਭ ਤੋਂ ਛੋਟੀ ਆਪਾਜ ਸੰਖਿਆ ਕਿਹੜੀ ਹੈ ਉਹਦਾ ਉੱਤਰ ਆਊਗਾ 2 2 ਆ ਜਿਹੜੀ ਸਭ ਤੋਂ ਛੋਟੀ ਔਰ ਪਹਿਲੀ ਹੈਗੀ ਹੈ ਜਿਹੜੀ ਹੈਗੀ ਛੋਟੀ ਸਭ ਤੋਂ ਛੋਟੀ ਤੇ ਪਹਿਲੀ ਪਹਿਲੀ ਅਭਾਜ ਸੰਖਿਆ ਹੈ 2 ਆ ਜਿਹੜੀ ਸੋ ਇਹ ਦੋ ਤਰ੍ਹਾਂ ਦੇ ਕੁਐਸਚਨ ਆ ਜਿਹੜੇ ਹੈਗੇ ਇਹਦੇ ਨਾਲ ਮਿਲਦੇ ਬਣ ਸਕਦੇ ਆ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਅਭਾਜ ਸੰਖਿਆਵਾਂ ਉਹ ਸੰਖਿਆਵਾਂ ਜਿਨ੍ਹਾਂ ਦੇ ਸਿਰਫ ਦੋ ਹੀ ਗੁਣਖੰਡ ਬਣਦੇ ਆ ਤੇ 2 ਆ ਜਿਹੜੀ ਸਭ ਤੋਂ ਛੋਟੀ ਅਭਾਜ ਸੰਖਿਆ ਔਰ 2 ਆ ਉਹ ਜਿਸਤ ਸੰਖਿਆ ਵੀ ਆ ਔਰ ਆਪਾਜ ਵੀ ਹੈ ਕਿਉਂਕਿ ਸਿਰਫ ਦੋ ਹੀ ਗੁਣਖੰਡ ਖੰਡ ਜਿਹਦੇ ਬਣਦੇ ਆ ਅੱਗੇ ਚੱਲਦੇ ਆਪਾਂ ਭਾਜ ਸੰਖਿਆਵਾਂ ਦੇ ਉੱਤੇ ਇਹ ਸੀਗੀਆਂ ਅਭਾਜ ਸੰਖਿਆਵਾਂ ਮੈਨੂੰ ਲੱਗਦਾ ਇਹਦੇ ਵਿੱਚ ਕੋਈ ਡਾਊਟ ਨਹੀਂ ਹੋਣਾ ਤਾਂ ਤੁਸੀਂ ਇਹਨੂੰ ਕਿਵੇਂ ਲਿਖ ਸਕਦੇ ਆ ਇਹ 1 ਤੋਂ ਲੈ ਕੇ 100 ਤੱਕ ਗਿਣਤੀ ਹੈ ਜਿਹੜੀ ਲਿਖ ਕੇ ਉਹਦੇ ਵਿੱਚੋਂ ਅਭਾਜ ਸੰਖਿਆਵਾਂ ਕੱਢੋ ਤਾਂ ਉਹਦਾ ਤਰੀਕਾ ਇਹ ਹੈ ਵੀ 1 ਤੋਂ ਲੈ ਕੇ 100 ਤੱਕ ਗਿਣਤੀ ਲਿਖ ਲਓ ਔਰ ਜਿਹੜੀਆਂ ਅਭਾਜ ਸੰਖਿਆਵਾਂ ਆ ਗਈਆਂ ਉਹਨਾਂ ਦੇ ਉੱਤੇ ਸਰਕਲ ਲਾਈ ਜਾਓ ਔਰ ਜਿਹੜੀਆਂ ਹੈਗੀਆਂ ਅਭਾਜ ਨਹੀਂ ਹੈ ਉਹਨਾਂ ਦੇ ਉੱਤੇ ਕਾਂਟੀ ਲਾਈ ਜੋ ਕਿਵੇਂ ਪਤਾ ਕਰਾਂਗੇ ਜਿਨ੍ਹਾਂ ਦੇ ਦੋ ਤੋਂ ਵੱਧ ਗੁਣਨਖੰਡ ਬਣਦੇ ਆ ਉਹ ਕਿਹੜੀਆਂ ਸੰਖਿਆਵਾਂ ਹੁੰਦੀਆਂ ਉਹ ਭਾਜ ਸੰਖਿਆਵਾਂ ਹੁੰਦੀਆਂ ਜਿਦੇ ਦੋ ਤੋਂ ਦੋ ਹੀ ਗੁਣਨਖੰਡ ਬਣਦੇ ਉਹ ਅਭਾਜ ਹੁੰਦੀ ਜਿਵੇਂ ਇੱਕ ਆਪਰ ਨੰਬਰ ਲਿਖ ਸਕਦੇ ਆ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 ਤੇ 30 ਠੀਕ ਹੈ ਜੀ ਜਿਹੜੀ ਤੇ ਹੈਗੀ ਆਪਾਂ ਅੱਜ ਉਹਨਾਂ ਤੇ ਚੱਕਰ ਲਾ ਦਾਂਗੇ ਇਸ ਤਰ੍ਹਾਂ ਤੁਸੀਂ ਅੱਗੇ ਦੀ ਅੱਗੇ ਜਿਹੜਾ ਹੈਗਾ 100 ਤੱਕ ਆਪਾਂ ਗਣਤੀ ਜਿਹੜੀ ਲਿਖ ਸਕਦੇ ਹਾਂ ਇਸ ਤਰ੍ਹਾਂ ਕੱਟਾਂਗੇ ਹੁਣ ਦੇਖੋ 2 ਆ ਜਿਹੜੀ ਆਪਾਂ ਨੂੰ ਪਤਾ ਆ ਭਾਗ ਸੰਖਿਆ ਕੀ ਸਿਰਫ ਤੇ ਸਿਰਫ ਇੱਕੋ ਹੀ ਜਿਸਤ ਸੰਖਿਆ ਕੀ ਆਪਾਂ ਆ ਜਾਗੀ ਹੁਣ ਇਹਦੇ ਕਿਉਂਕਿ ਦੋ ਹੀ ਗੁਣਖੰਡ ਬਣਦੇ ਆ 4 ਆ ਜਿਹੜੀ ਇਹ ਜਿਸਤ ਸੰਖਿਆ ਇਸ ਕਰਕੇ ਇਹਦੇ 4 1 4 1 4 ਦਾ 4 2 2 ਦਾ 4 ਕਿੰਨੇ ਗੁਣਖੰਡ ਬਣ ਗਏ 1 2 4 ਠੀਕ ਆ ਇਸ ਕਰਕੇ ਤਿੰਨ ਗੁਣਖੰਡ ਬਣ ਗਏ ਤਾਂ ਇਹ ਸੰਖਿਆ ਜਿਹੜੀ ਹੈਗੀ ਆ ਇਹ ਅਪਾਜ ਨਹੀਂ ਇਹਦਾ ਮਤਲਬ ਜੋਟੇ ਵਾਲੀਆਂ ਜਿਹੜੀਆਂ ਹੁੰਦੀਆਂ ਜਿਸਤ ਸੰਖਿਆਵਾਂ ਉਹ ਅਪਾਜ ਨਹੀਂ ਹੁੰਦੀਆਂ ਸਿਰਫ ਦੋ ਹੀ ਹੁੰਦੀ ਐ ਤਾਂ ਜੋਟੇ ਵਾਲੀਆਂ ਸਾਰੀਆਂ ਕੱਟ ਦੇਗੇ ਆਪਾਂ ਠੀਕ ਆ ਇਸ ਤਰ੍ਹਾਂ ਤੁਸੀਂ 100 ਤੱਕ ਕੱਟ ਦਿਓਗੇ ਜਿਨ੍ਹਾਂ ਦੇ ਵਿੱਚ ਜੋਟਾ ਆਉਂਦਾ ਹੈ ਠੀਕ ਹੈ ਜੀ 22 24 26 28 30 ਅੱਗੇ ਆ ਗਈ ਤਿੰਨ ਤਿੰਨ ਜਿਹੜੀ ਹੈਗੀ ਆ ਇਹ ਵੀ ਅਪਾਜ ਸੰਖਿਆ ਹੈਗੀ ਹੁਣ 3 ਦੇ ਪਹਾੜੇ ਦੇ ਵਿੱਚ ਜਿਹੜੀਆਂ ਆਉਂਦੀਆਂ ਉਹ ਆਪਹਾਜ ਨਹੀਂ 3 2 6 ਹੁੰਦੇ 6 ਕੱਟਿਆ ਗਿਆ 6 ਤੇ 3 9 9 ਤੇ 3 12 ਕੱਟੇ 12 ਤੇ 15 15 ਤੇ 3 18 ਵੀ ਕੱਟੇ 18 ਤੇ 3 21 ਕੱਟੇ ਵੇ 21 ਤੇ 3 24 24 ਤੇ 27 27 ਤੇ 3 30 ਇਸ ਤਰ੍ਹਾਂ 100 ਤੱਕ ਤੁਸੀਂ ਕੱਟ ਦੋਗੇ ਜਿਹੜਾ 3 ਦੇ ਪਹਾੜੇ ਦੇ ਵਿੱਚ ਆਉਂਦੇ ਆ ਅੱਗੇ 5 ਦੇ ਵਿੱਚ 5 ਜਿਹੜੀ ਹੈਗੀ ਆ ਆਪਹਾਜ ਆ ਪਰ 5 ਦੇ ਪਹਾੜੇ ਵਾਲੀਆਂ ਆਪਹਾਜ ਨਹੀਂ ਹੈਗੀਆਂ 5 10 15 20 25 ਕੱਟ ਦਿਓ 30 ਵੀ ਕੱਟੀ ਵੀ ਆ ਇਸ ਤਰ੍ਹਾਂ 100 ਤੱਕ ਤੁਸੀਂ 5 ਦੇ ਭਾੜੇ ਦੇ ਨਾਲ ਕੱਟ ਸਕਦੇ ਆ 7 ਵੀ ਅਭਾਜ ਆ ਸਿਰਫ ਦੋਈ ਗੁਣ ਖੰਡ ਬਣਦੇ ਆ 7 ਦੇ ਨਾਲ 7 ਦੁਣੀ 14 7 3 21 ਕੱਟੀ ਵੀ ਆ 7 4 28 7 5 35 ਚਲੋ ਅੱਗੇ ਚੱਲੂਗਾ 7 ਤੋਂ 6 ਆ ਕੇ 11 11 ਵੀ ਅਭਾਜ ਆ 11 ਦੇ ਭਾੜੇ 'ਚ 11 ਦੁਣਾ 22 11 3 33 11 4 44 ਇਸ ਤਰ੍ਹਾਂ ਤੁਸੀਂ ਅੱਗੇ ਦੀ ਅੱਗੇ ਕੱਟ ਸਕਦੇ ਆ 13 ਵੀ ਅਭਾਜ ਆ ਸਿਰਫ ਦੋਈ ਗੁਣਕ 13 ਆਪਦੇ ਆਪ ਤੇ ਵੱਡਿਆ ਜਾਂਦਾ ਇੱਕ ਦੇ ਨਾਲ ਹੀ ਇਹਦਾ ਇੱਕ ਹੀ ਗੁਣਖੰਡ ਹੁੰਦਾ ਤੇ ਇੱਕ ਹੀ ਖੁੱਦ ਸੰਖਿਆ ਦੋ ਹੀ ਗੁਣਖੰਡ ਖੰਡ ਹੁੰਦੇ ਆ ਇਹਦੇ ਤਾਂ ਇਹ 13 ਦੇ ਭਾੜੇ 13 ਦੁਣਾ 26 ਕੱਟਿਆ ਵੀ ਆ ਇਸ ਤਰ੍ਹਾਂ 100 ਤੱਕ ਤੁਸੀਂ ਕੱਟ ਸਕਦੇ ਆ 17 17 ਜਿਹੜਾ ਹੈਗਾ 17 17 ਦੁਣਾ 34 ਇਹ ਵੀ ਅਪਹਾਜ ਆ 17 ਦੇ ਭਾੜੇ ਵਾਲੇ ਗਾਂ ਵਾਲੇ ਕੱਟੇ ਜਾ ਸਕਦੇ ਆ 19 ਵੀ ਅਪਹਾਜ ਆ ਜਾਈ 19 ਦੇ ਪਹਾੜੇ ਵਾਲੇ ਵੀ ਕੱਟ ਸਕਦੇ ਆ ਤੁਸੀਂ ਅੱਗੇ 23 ਹੈ ਜਿਹੜੀ ਹੈਗੀ ਇਹ ਵੀ ਅਪਹਾਜ ਆ 23 29 ਜਿਹੜੀ ਇਹ ਵੀ ਅਪਹਾਰ ਆ ਜਾਗੀ ਸੋ ਇਸ ਤਰ੍ਹਾਂ ਤੁਸੀਂ ਅਪਹਾਰ ਸੰਖਿਆਵਾਂ ਦੇ ਚੱਕਰ ਲਾ ਕੇ 1 ਤੋਂ ਲੈ ਕੇ 100 ਤੱਕ ਜਿਹੜੇ ਹੈਗੀਆਂ ਅਪਹਾਰ ਸੰਖਿਆਵਾਂ ਕੱਢ ਸਕਦੇ ਆ ਤੁਹਾਨੂੰ ਸਵਾਲ ਇਸ ਤਰ੍ਹਾਂ ਵੀ ਆ ਸਕਦਾ ਵੀ 11 ਤੋਂ ਲੈ ਕੇ 30 ਤੱਕ ਕਿੰਨੀਆਂ ਅਪਹਾਰ ਸੰਖਿਆਵਾਂ ਆਉਂਦੀਆਂ ਤਾਂ ਕਿੰਨੀਆਂ ਆਉਂਦੀਆਂ 1 2 3 4 5 6 ਸੋ ਇਸ ਤਰੀਕੇ ਦੇ ਨਾਲ ਤੁਸੀਂ ਅਪਹਾਰ ਸੰਖਿਆਵਾਂ માં 6 ਵਾਲਾ ਜਿਹੜਾ ਲਗਭਗ ਇਹ ਇੱਕ ਕੁਐਸਚਨ ਆਉਂਦੀ ਆਉਂਦਾ ਇਸ ਤਰ੍ਹਾਂ ਦਾ 80 ਤੋਂ ਲੈ ਕੇ 90 ਤੱਕ ਆ ਭਾਗ ਸੰਖਿਆਵਾਂ ਲਿਖੋ 80 ਤੋਂ ਲੈ ਕੇ 100 ਤੱਕ ਆ ਭਾਗ ਸੰਖਿਆਵਾਂ ਲਿਖੋ 91 ਤੋਂ ਲੈ ਕੇ 100 ਤੱਕ ਕਿੰਨੀਆਂ ਭਾਗ ਸੰਖਿਆਵਾਂ ਆਉਂਦੀਆਂ ਇਹ ਤੁਸੀਂ ਕੱਢ ਕੇ ਇਸ ਤਰ੍ਹਾਂ ਦੇਖ ਸਕਦੇ ਆ ਭਾਗ ਸੰਖਿਆਵਾਂ ਉਹ ਸੰਖਿਆਵਾਂ ਹੁੰਦੀਆਂ ਜਿਦੇ ਸਿਰਫ ਦੋ ਹੀ ਗੁਣਨਖੰਡ ਹੋਣ ਗੁਣਾ ਦੇ ਦੋ ਹੀ ਹਿੱਸੇ ਹੋਣ ਉਹਨੂੰ ਆਪਾਂ ਆ ਭਾਗ ਸੰਖਿਆ ਕਹਿੰਦੇ ਆ ਚਲੋ ਜੀ ਅੱਗੇ ਚੱਲਦੇ ਆ ਹੁਣ ਆ ਭਾਗ ਸੰਖਿਆਵਾਂ ਤੋਂ ਭਾਗ ਸੰਖਿਆਵਾਂ ਕਿਹੜੀਆਂ ਸੰਖਿਆਵਾਂ

ਆਪਾਂ ਲਿਖਿਆ ਸੀ ਆ ਭਾਜ ਸੰਖਿਆਵਾਂ ਆ ਭਾਜ ਸੰਖਿਆਵਾਂ ਉਹ ਸੰਖਿਆਵਾਂ ਹੁੰਦੀ ਜਿਦੇ ਸਿਰਫ ਦੋ ਹੀ ਗੁਣਖੰਡਣ ਬਣਦੇ ਆ ਔਰ ਜਿਦੇ ਦੋ ਤੋਂ ਵੱਧ ਗੁਣਖੰਡਣ ਬਣਦੇ ਆ ਉਹਨੂੰ ਆਪਾਂ ਭਾਜ ਸੰਖਿਆਵਾਂ ਕਹਿੰਦੇ ਆ ਜਿਵੇਂ ਕਿ ਆਪਾਂ 2 ਲਿਖਿਆ ਸੀ 2 ਤੋਂ ਕਾ 4 4 ਆ ਜਿਹੜਾ ਹੈਗਾ ਇਹ ਭਾਜ ਸੰਖਿਆ ਗਈ ਕਿਉਂਕਿ ਜੇ 4 ਦੇ ਗੁਣਖੰਡ ਬਣਾਉਂਦੇ ਹੁਣ ਆਪਾਂ 1 4 4 2 2 ਦਾ 4 ਕਿੰਨੇ ਗੁਣਖੰਡਣ ਬਣ ਗਏ 1 2 ਤੇ 4 ਤਿੰਨ ਗੁਣਖੰਡ ਬਣ ਗਏ 1 2 3 ਗੁਣਖੰਡ ਇਸ ਕਰ ਇਹ ਕਿਹੜੀ ਸੰਖਿਆ ਭਾਜ 6 ਆ ਗਈ 6 ਵੀ ਜਿਹੜੀ ਹੈਗੀ ਆ ਉਹ ਭਾਜ ਸੰਖਿਆ ਹੈਗੀ ਗੁਣਖੰਡ ਬਣਨੇ 1 6 ਦਾ 6 2 3 ਦਾ 6 ਠੀਕ ਹੈ ਜੀ ਅੱਗੇ ਆ ਗਿਆ ਹੁਣ ਆਪਾਂ ਕਰਦੇ ਆ ਕਿਹੜੇ ਕਿਹੜੇ ਬਣ ਗਏ 1 2 3 ਤੇ 6 ਕਿੰਨੇ ਗੋਣਖਣੇ 1 2 3 4 ਜਿਹੜੀਆਂ ਸੰਖਿਆਵਾਂ ਦੇ ਆਪਾਂ ਲਿਖਾਂਗੇ ਜਿਹੜੀਆਂ ਸੰਖਿਆਵਾਂ ਦੇ ਦੇ 2 4 ਗੁਣਖੰਡ ਬਣਦੇ ਹਨ ਉਹ ਸੰਖਿਆਵਾਂ ਪਾਜ ਸੰਖਿਆਵਾਂ ਹੁੰਦੀਆਂ ਹਨ ਠੀਕ ਹੈ ਜੀ ਇਹ ਸੰਖਿਆ ਉਹ ਸੰਖਿਆਵਾਂ ਵਿੱਚ ਕਿਹੜੀਆਂ ਸੰਖਿਆਵਾਂ ਹੁੰਦੀਆਂ ਭਾਜ ਸੰਖਿਆਵਾਂ ਵਿੱਚ ਹੁੰਦੀਆਂ ਹਨ ਹੁਣ ਆਪਣੇ ਕੋਲੇ ਸਵਾਲ ਇਹ ਉੱਠਦਾ ਜਿਵੇਂ ਆਪਣੇ ਕੋਲੇ ਇੱਕ ਹੁੰਦਾ ਕੀ ਇੱਕ ਆ ਜਿਹੜੀ ਹੈਗੀ ਇਹ ਭਾਜ ਸੰਖਿਆ ਕਿ ਆ ਭਾਜ ਸੰਖਿਆ ਹੁਣ ਇੱਕ ਆ ਜਿਹੜਾ ਹੈਗਾ ਇਹਦੇ ਗੁਣਨਖੰਡ ਕਿੰਨੇ ਬਣਦੇ 1 1 1 ਹੀ ਹੁੰਦਾ ਇੱਕ ਹੀ ਗੁਣਨਖੰਡ ਇੱਕ ਦਾ ਇੱਕ ਨਾ ਤਾਂ ਭਾਜ ਸੰਖਿਆ ਤੇ ਨਾ ਹੀ ਆ ਭਾਜ ਸੰਖਿਆ ਗਈ ਸੋ ਇਸ ਕਰਕੇ ਇਹਨਾਂ ਨੂੰ ਆਪਾਂ ਅਲੱਗ-ਅਲੱਗ ਤਰੀਕਿਆਂ ਦੇ ਨਾਲ ਜਿਹੜਾ ਹੈਗਾ ਇਹਦੀ ਆਪਾਂ ਕਰ ਸਕਦੇ ਹਾਂ ਵਿਆਖਿਆ ਵੀ ਭਾਜ ਸੰਖਿਆਵਾਂ ਉਹ ਸੰਖਿਆਵਾਂ ਹੁੰਦੀਆਂ ਜਿਹਨਾਂ ਦੇ ਦੋ ਤੋਂ ਵੱਧ ਗੁਣਨਖੰਡ ਬਣਦੇ ਆ ਆ ਭਾਜ ਉਹ ਹੁੰਦੇ ਆ ਜਿਹਦੇ ਸਬੰਧ ਦੇ ਵਿੱਚ ਉਹ ਆਪਾਂ ਨੂੰ ਜਿਹੜੇ ਹੈਗੇ ਆ ਦੋ ਹੀ ਗੁਣਨਖੰਡ ਹੋਣ ਉਹ ਆ ਭਾਜ ਸੰਖਿਆਵਾਂ ਹੁੰਦੀ ਐ ਇਹਦੇ ਸਬੰਧ ਦੇ ਵਿੱਚ ਜਿਹੜੀ ਯਾਦ ਰੱਖਣ ਜੋ ਗੱਲਾਂ ਇਹ ਆ ਵੀ 1 ਆ ਜਿਹੜਾ 1 ਨਾ ਤਾਂ ਅਭਾਜ ਸੰਖਿਆ ਹੁੰਦਾ ਤੇ ਨਾ ਹੀ ਇਹ ਭਾਜ ਸੰਖਿਆ ਹੁੰਦਾ ਇਨਾਂ ਦੇ ਸਵਾਲ ਦੇ ਵਿੱਚ ਆਪਾਂ ਗੱਲ ਕਰਾਂਗੇ ਇੱਕ ਨਾਂ ਆਪਹਾਜ ਤੇ ਨਾਂ ਪਾਜ ਆਜ ਸੰਖਿਆ ਹੈ ਕਿਉਂਕਿ ਆਪਹਾ ਸੰਖਿਆ ਦੀ ਸ਼ਰਤ ਇਹ ਹੈ ਵੀ ਇਹਦੇ ਸਿਰਫ ਦੋ ਹੀ ਗੁਣਖੰਡ ਬਣਦੇ ਇੱਕ ਦਾ ਸਿਰਫ ਇੱਕ ਹੀ ਗੁਣਖੰਡ ਖੰਡ ਹੁੰਦਾ ਠੀਕ ਹੈ ਜੀ ਸਿਰਫ ਦੋ ਦੂਜਾ ਆਪਣੇ ਕੋਲੇ ਹੈਗਾ ਇਹਦੇ ਨਾਲ ਸੰਬੰਧਤ ਆ ਸਿਰਫ ਦੋ ਹੀ ਜਿਹੇ ਇਸ ਤਸੰਖਿਆ ਜੋ ਅਭਾਜ ਆ ਚਲੋ ਇਹ ਵੀ ਹੋ ਗਿਆ ਸੋ ਸਭ ਤੋਂ ਛੋਟੀ ਅਭਾਜ ਸੰਖਿਆ ਕਿਹੜੀ ਹੈਗੀ ਹੈ ਸਭ ਤੋਂ ਛੋਟੀ ਅਭਾਜ ਸੰਖਿਆ ਦੋ ਹੈ ਸਭ ਤੋਂ ਛੋਟੀ ਭਾਜ ਸੰਖਿਆ ਕਿਹੜੀ ਹੈ ਜੇ ਸਭ ਤੋਂ ਛੋਟੀ ਗੱਲ ਕਰਨੀ ਹੋਵੇ ਸਭ ਤੋਂ ਛੋਟੀ ਭਾਜ ਸੰਖਿਆ ਸਭ ਤੂੰ ਸਭ ਤੋਂ ਛੋਟੀ ਭਾਜ ਸੰਖਿਆ ਕਿਹੜੀ ਹੈ ਭਾਜ ਸੰਖਿਆ ਕਿਹੜੀ ਹੈ ਆਪਾਂ ਗੱਲ ਕਰਾਂਗੇ 4 ਕਿਹੜੀ ਆ ਸਭ ਤੋਂ ਛੋਟੀ ਭਾਜ ਸੰਖਿਆ ਕਿਹੜੀ ਹੈ 4 4 ਤੋਂ ਸ਼ੁਰੂ ਹੁੰਦੀਆਂ ਭਾਜ ਸੰਖਿਆਵਾਂ ਸਭ ਤੋਂ ਛੋਟੀ ਆ ਭਾਜ ਸੰਖਿਆਵਾਂ ਜਿਹੜੀ ਹੈਗੀ ਆ ਉਹ ਆਪਾਂ ਕਰ ਚੁੱਕੇ ਹਾਂ ਸੋ ਇਹ ਸੀਗੀਆਂ ਜਿਹੜੀਆਂ ਅੱਜ ਦਾ ਆਪਾਂ ਕੰਮ ਕੀਤਾਗਾ ਇਹ ਸਾਰੀਆਂ ਤੁਸੀਂ ਯਾਦ ਰੱਖਣੀਆਂ ਹੈਗੀਆਂ ਤਾਂ ਆਪਾਂ ਇੱਕ ਵਾਰੀ ਦੁਹਾਈ ਕਰਾਂਗੇ ਇਹਦੀ ਫੇਰ ਕੀ ਕੁਛ ਅੱਜ ਕੀਤਾ ਔਰ ਉਹਦੇ ਸਬੰਧ ਦੇ ਵਿੱਚ ਆਪਾਂ ਫਿਰ ਅੱਗੇ ਚੱਲਾਂਗੇ ਅੱਜ ਜਿਵੇਂ ਤੁਹਾਡੇ ਨਾਲ ਮੈਂ ਵਾਦਾ ਕਰਦਾ ਹੁੰਦਾ ਵੀ ਵੀਡੀਓ ਦੇ ਅਖੀਰ ਦੇ ਵਿੱਚ ਮੈਥ ਨਾਲ ਸੰਬੰਧਤ ਉਹਦੀ ਖੂਬਸੂਰਤੀ ਹੈ ਜਾਂ ਜਿਹੜੀ ਹੈਗੀ ਹੈ ਮੈਥ ਦੇ ਜਾਦੂ ਆ ਉਹਦੀ ਇੱਕ ਜਿਹੜਾ ਤੁਹਾਡੇ ਨਾਲ ਸਾਂਝਾ ਕਰਾਂਗੇ ਆਪਾਂ ਉਸ ਤੋਂ ਪਹਿਲਾਂ ਜੋ ਕੁਝ ਅਸੀਂ ਕਰ ਲਿਆ ਉਹਦੇ ਵਿੱਚ ਹੈ ਜੀ ज्यस्त संख्याਵਾਂज्यस्त ਅਤੇ ਆਕ সংখ্যাਵਾਂ ਦੂਜਾ ਪਾ ਕੀਤਾ ਹੈ ਜੀ ਆਪਾਜ ਅਤੇ ਪਾਜ ਸੰਖਿਆਵਾਂ ਆਪਹਾਜ ਅਤੇ ਭਾਜ ਸੰਖਿਆਵਾਂ ਇਹ ਦੋਨੇ ਆਪਾਂ ਕਰ ਲ ਚੁੱਕੇ ਆ ਅੱਜ ਜਿਹੜੀ ਆਪਾਂ ਕਰਾਂਗੇ ਇਸ ਤੋਂ ਪਹਿਲਾਂ ਆਪਾਂ ਟਕੋਣਾ ਦੀ ਗਿਣਤੀ ਬਾਰੇ ਸਭਾਂ ਚ ਗੱਲ ਕਰ ਚੁੱਕੇ ਆ ਜਿਹੜੀ ਮੈਜ ਦੇ ਜਾਦੂ ਦੀ ਗੱਲ ਕਰਦੇ ਹੁੰਨੇ ਆਪਾਂ ਅੱਜ ਆਪਾਂ ਕਰਾਂਗੇ 11 ਨਾਲ ਗੁਣਾ ਦੀ ਗੱਲ ਜਿਵੇਂ ਕਿਸੇ ਸੰਖਿਆ ਜਿਹੜੀ ਹੈਗੀ ਆ ਉਹਨੂੰ 11 ਦੇ ਨਾਲ ਗੁਣਾ ਕਰਨੀ ਹੋਵੇ ਜਿਵੇਂ ਆਪਣੇ ਕੋਲੇ ਸ਼ੰਕ ਕਿਹਾ ਕਿ 26 26 ਨੂੰ 11 ਨਾਲ ਗੁਣਾ ਕਰਨੀ ਆ ਬਿਨਾ ਗੁਣਾ ਕੀਤੇ ਦਾ ਆਨਸਰ ਦੇਣਾ ਹਾਂ ਇਹਦਾ ਆਨਸਰ ਆਊਗਾ 286 ਠੀਕ ਹੈ ਜੀ ਬਿਨਾ ਗੁਣਾ ਕੀਤੇ ਤੁਸੀਂ ਜਿਹੜਾ ਇਹਦਾ ਆਨਸਰ ਦੇ ਸਕਦੇ ਆ ਅੱਜ ਵੀ ਇਹ ਮੈਥ ਦੀ ਜਿਹੜੀ ਹੈਗੀ ਜਾਦੂ ਜਿਹਨੂੰ ਆਪਾਂ ਜਾਦੂ ਕਰਕੇ ਜਾਣਦੇ ਆ ਵੈਸੇ ਤਾਂ ਜਾਦੂ ਆ ਜਿਹੜਾ ਹੱਥ ਦੀ ਸਫਾਈ ਹੁੰਦੀ ਆ ਪਰ ਇੱਕੋ ਇੱਕ ਮੈਥ ਇਹ ਆ ਜਿਹਦੇ ਵਿੱਚ ਹੱਥ ਦੀ ਸਫਾਈ ਨਹੀਂ ਦਿਮਾਗ ਦਾ ਜਿਹੜਾ ਹੈਗਾ ਹੁਨਰ ਆ ਉਹ ਕੰਮ ਆਉਂਦਾ ਹੈਗਾ ਤੋ ਇਹਦੇ ਵਿੱਚ ਮੈਥ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਹੈਗਾ ਗੁੰਝਲਾ ਮਨ ਲੋਕ ਅਸਲਝਾਉਂਦੇ ਰਹਿੰਦੇ ਤੇ ਨਵੇਂ-ਨਵੇਂ ਟੈਕਨੀਕਾਂ ਜਿਹੜੀਆਂ ਆਉਂਦੀਆਂ ਰਹਿੰਦੀਆਂ ਕੈਲਕੂਲੇਸ਼ਨ ਦੀਆਂ ਜਲਦੀ ਕੈਲਕੂਲੇਸ਼ਨ ਦਾ ਇਹ ਤਰੀਕਾ ਹੈਗਾ ਆਪਾਂ ਕਰਕੇ ਦੇਖੀ ਵੀ ਵਾਕਈ ਜਿਹੜਾ ਅਸੀਂ ਮੈਂ ਇਸ ਦੀ ਇਹ ਖੂਬਸੂਰਤੀ ਕਰ ਰਹੇ ਹਾਂ ਕਿ ਇਹ ਸਹੀ ਵੀ ਹੈ ਤਾਂ 26 ਨੂੰ ਆਪਾਂ ਕਰਦੇ ਹਾਂ ਗੁਣਾ 11 ਦੇ ਨਾਲ ਤਾਂ ਅੱਗੇ ਆ ਗਿਆ ਆਪਣੇ ਕੋਲੇ 26 ਦੇ 26 ਆ ਗਏ ਇੱਥੇ ਵੀ 26 ਦੇ 26 ਆ ਗਏ 6 8 ਤੇ 286 ਇਹਦਾ ਮਤਲਬ ਸਾਡਾ ਜਿਹੜੀ ਤਕਨੀਕ ਆ ਇਹ ਸਹੀ ਹੈ ਬਿਨਾ ਦੇਖੇ ਕੀਤਾ ਕਿਵੇਂ ਜਾ ਸਕਦਾ ਜਿਸ ਤਰ੍ਹਾਂ ਆਪਾਂ ਗੁਣਾ ਕਰਨੀ ਹੈ 26 ਨੂੰ 26 ਨੂੰ ਰਹਿਣ ਦਿੰਦੇ ਨੇ ਹੁਣ ਆਪਾਂ ਕੋਈ ਹੋਰ ਸੰਖਿਆ ਜਿਹੜੀ ਲੈਨੇ ਆ ਜਿਹਦੇ ਵਿੱਚ ਆਪਾਂ ਲੈ ਲੈਨੇ ਆ 33 11 ਜਿੰਨੀ ਵੀ ਸੰਖਿਆ ਉੱਤੇ ਲਈ ਹੋਵੇ ਉਹਨੂੰ ਆਪਾਂ ਖੋਲ ਕੇ ਲਿਖ ਦਾਂਗੇ ਇਹਨਾਂ ਨੂੰ 33 ਆ ਇਹ ਤਿੰਨ ਇਧਰ ਲਿਖ ਦਾਂਗੇ ਫਿਰ ਤਿੰਨ ਇਧਰ ਲਿਖ ਦਿਆਂਗੇ ਵਿਚਕਾਰ ਕੀ ਆਊਗਾ ਇਹਨਾਂ ਦੋਨਾਂ ਦਾ ਜੋੜ ਆਊਗਾ 3 ਤੇ 4 ਦਾ ਸੌਰੀ 3 ਤੇ 3 ਦਾ ਜੋੜ 3 ਤੇ 3 ਕਿੰਨੇ ਹੁੰਦੇ 6 36 ਦਾ ਉੱਤਰ ਆਊਗਾ ਇਹਨੂੰ ਖੋਲ ਕੇ ਲਿਖ ਦਿਓ ਔਰ ਵਿਚਕਾਰ ਇਹਨਾਂ ਦਾ ਜੋੜ ਕਰਕੇ ਲਿਖ ਦਿਓ ਤੇ ਅਨਸਰ ਆਪਣੇ ਕੋਲੇ ਆ ਜਾਊਗਾ ਜਿਵੇਂ ਆਪਾਂ 25 ਨੂੰ 11 ਦੇ ਨਾਲ ਗੁਣਾ ਕਰਨੀ ਹੋਵੇ ਤਾਂ 2 ਤੇ 5 ਨੂੰ ਖੋਲ ਕੇ ਲਿਖ ਦਿਓ ਵਿਚਕਾਰ ਵਿਚਕਾਰਲੇ ਇਹਨਾਂ ਦਾ ਜੋੜ ਕਰ ਦਿਓ 5 ਤੇ 2 ਕਿੰਨੇ ਹੁੰਦੇ ਆ 7 275 ਉੱਤਰ ਆਊਗਾ ਚਲੋ ਕਨਫਰਮ ਵੀ ਕਰ ਲੈਨੇ ਆਪਾਂ 33 ਨੂੰ 11 ਨਾਲ ਕਰਦੇ ਜਦੋਂ 33 33 3 ਦੇ 3 3 ਤੇ 3 6 363 ਇਹ ਵੀ ਕਰ ਲੈਨੇ ਆਪਾਂ 25 25 5 ਦੇ 5 7 ਦੇ 7 2 ਦੇ 2 275 ਸੋ ਇਸ ਤਰੀਕੇ ਦੇ ਨਾਲ ਗੁਣਾ ਦਾ ਜਿਹੜੇ ਇਹ ਕੈਲਕੂਲੇਸ਼ਨ ਜਲਦੀ ਕਰਨ ਕਿਉਂਕਿ ਜਦੋਂ ਕੋਈ ਟੈਸਟ ਕਲੀਅਰ ਕਰਦੇ ਆ ਤਾਂ ਕੈਲਕੂਲੇਸ਼ਨ ਜਿੰਨੀ ਜਲਦੀ ਕਰਾਂਗੇ ਉਹਨਾ ਟਾਈਮ ਸਾਡਾ ਬਚੂਗਾ ਔਰ ਗਾਂ ਵਾਲੇ ਸਵਾਲ ਕਰਨ ਦੇ ਵਿੱਚ ਸਣੂ ਮੁਸ਼ਕਲ ਨਹੀਂ ਹੋਊਗੀ ਔਰ ਜਲਦੀ ਨਾਲ ਅਸੀਂ ਕੈਲਕੂਲੇਸ਼ਨ ਕਰ ਸਕਾਂਗੇ ਮੈਥ ਦੀ ਇਹ ਖੂਬਸੂਰਤੀ ਜਿਹੜੀ ਆਖਰ ਦੇ ਵਿੱਚ ਵੀਡੀਓ ਦੀ ਤੁਹਾਡੇ ਨਾਲ ਵਾਦੇ ਕਰਕੇ ਵਾਦੇ ਅਨੁਸਾਰ ਅਸੀਂ ਕਰਦੇ ਆ ਸੋ ਅੱਜ ਦੀ ਇੰਨੀ ਵੀਡੀਓ ਸੀ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਉਮੀਦ ਆ ਤੁਹਾਨੂੰ ਪਸੰਦ ਆਊਗੀ ਜੇ ਚੰਗੀ ਲੱਗਦੀ ਆ ਇਹਨੂੰ ਜਰੂਰ ਸ਼ੇਅਰ ਕਰੋ ਲਾਈਕ ਕਰੋ ਔਰ ਕਮੈਂਟ ਕਰੋ ਤੁਹਾਡੇ ਸੁਝਾਅ ਸਾਡੇ ਲਈ ਬਹੁਤ ਕੀਮਤੀ ਆ ਜਿਹੜੇ ਦਰਸ਼ਕਾਂ ਸਾਨੂੰ ਪਿਆਰ ਕਰਦੇ ਆ ਸਾਨੂੰ ਸੁਨੇਹੇ ਭੇਜਦੇ ਆ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਔਰ ਉਮੀਦ ਕਰਦੇ ਆ ਕਿ ਤੁਸੀਂ ਹੁਣ ਤੱਕ ਸਾਡਾ ਚੈਨਲ ਜਿਹੜਾ ਸਬਸਕ੍ਰਾਈਬ ਕਰ ਲਿਆ ਹੋਊਗਾ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਅਨੁਮੋਧਿਆ ਦੀ ਪ੍ਰੈਕਟਿਸ ਖਤਮ ਹੁੰਦੀ ਹੈ ਨਾਲ ਦੀ ਨਾਲ ਜਿਹੜਾ ਹੈਗਾ ਟੀਚਰ ਟ੍ਰੇਨਿੰਗ ਜਿਹੜੀ ਹੁੰਦੀ ਹੈ ਆਪਣੀ ਉਹਦੇ ਟੈਸਟ ਦੇ ਟੈਟ ਦਾ ਟੈਸਟ ਹੁੰਦਾ ਪੰਜਾਬ ਦਾ ਜਿਹੜਾ ਉਹਦੀਆਂ ਕਲਾਸਾਂ ਸ਼ੁਰੂ ਕਰਨ ਜਾ ਰਹੇ ਆ ਪਰ ਉਸ ਤੋਂ ਪਹਿਲਾਂ ਪਹਿਲਾਂ ਵੀ ਆ ਜਿਨ੍ਹਾਂ ਨੇ ਟੈਟ ਕਲੀਅਰ ਕਰਨਾ ਹੈ ਤਾਂ ਉਹਦੇ ਲਈ ਵੀ ਜ਼ਰੂਰੀ ਹੈ ਵੀ ਬੇਸਿਕ ਮੈਥ ਦੀ ਨੋਲੇਜ ਆ ਤੁਹਾਨੂੰ ਹੋਣੀ ਚਾਹੀਦੀ ਹੈ ਇਥੋਂ ਹੀ ਇਹਨਾਂ ਕਲਾਸਾਂ ਤੇ ਤਿਆਰੀ ਤੁਸੀਂ ਤੁਸੀਂ ਉਹਨੂੰ ਜੋੜ ਕੇ ਤੇ ਅੱਗੇ ਤਿਆਰੀ ਕਰ ਸਕਦੇ ਆਂ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਉਹ ਕਲਾਸਾਂ ਵੀ ਜਿਹੜੀ ਸ਼ੁਰੂ ਕਰਨ ਜਾ ਰਹੇ ਆਂ ਫਿਲਹਾਲ ਇਹਦੀ ਤਿਆਰੀ ਚੱਲ ਰਹੀ ਹੈ ਇਸ ਕਰਕੇ ਅਸੀਂ ਨਵਉਦਿਆ ਦੀ ਤਿਆਰੀ ਹੈ ਜਿਹੜੀ ਹੈਗੀ ਆ ਉਹ ਟੀਚਰ ਜਿਨ੍ਹਾਂ ਨੇ ਟੈਟ ਕਲੀਅਰ ਕਰਨਾ ਉਹ ਸਾਡੇ ਇਸ ਚੈਨਲ ਨੂੰ ਜਿਹੜਾ ਹੈ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਤਾਂ ਕੇ ਨੋਟੀਫਿਕੇਸ਼ਨ ਨਾਲ ਦੀ ਨਾਲ ਤੁਹਾਡੇ ਤੱਕ ਪਹੁੰਚ ਸਕੇ ਬਿਲਕੁਲ ਫ੍ਰੀ ਹੈ ਕੋਈ ਇਹਦੀ ਕੋਸਟ ਨਹੀਂ ਹੈਗੀ ਸਿਰਫ ਤੇ ਸਿਰਫ ਇਹੀ ਆ ਵੀ ਸਾਡੇ ਚੈਨਲ ਦੇ ਉਤੇ ਜੇ ਤੁਹਾਨੂੰ ਚੰਗਾ ਲੱਗਦੀਆਂ ਤਾਂ ਵੀਡੀਓ ਜਰੂਰ ਸਾਂਝੀਆਂ ਕਰੋ ਸਾਰੇ ਪੰਜਾਬ ਦੇ ਦਰਸ਼ਕਾਂ ਨੂੰ ਬੇਨਤੀ ਹੈ ਵੀ ਤੁਸੀਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਛਾ ਜੀ ਆਇਆਂਤ ਦਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ